بسم اللہ الرحمن الرحیم میرا نام محمد شہزاد ਤੁਸੀਂ ਦੇਖ ਰਹੇ ਹੋ ਆਪਣਾ YouTube ਚੈਨਲ ਡਿਜੀਟਲ ਕਾਉ ਫਾਰਮਿੰਗ ਅੱਜ ਸੈਲਜ ਬਣਾਉਣ ਲੱਗੇ ਸੀ ਬਹੁਤ ਸਾਰੇ ਦੋਸਤਾਂ ਨੂੰ ਆਪਣੇ ਤਜਰਬੇ ਤੋਂ آگاہ ਕਰੀਦਾ ਜਿਸ ਤਰ੍ਹਾਂ ਕਿ ਹਰ ਦੋਸਤ ਸਾਡਾ ਚੈਨਲ ਜਿਨ੍ਹਾਂ ਨੇ ਸਬਸਕ੍ਰਾਈਬ ਕੀਤਾ ਉਹਨਾਂ ਕੋਲ ਡੇਲੀ ਦੀ ਡੇਲੀ ਵੀਡੀਓ ਜਾ ਰਹੀ ਰੂਟੀਨ ਵਾਈਜ਼ ਜੋਸਿੰਗ ਕਰ ਰਹੇ ਆਂ ਆਪਣੇ ਫਾਰਮ ਦੇ ਉੱਤੇ ਮਕਈ ਆਪਣੀ ਤਿਆਰ ਸੀ ਅੱਜ ਇਹਦਾ ਸੈਲਜ ਬਣਾਉਣ ਲੱਗੇ ਸੀ ਸੋਚਿਆ ਕਿ ਭਰਾਵਾਂ ਨੂੰ ਦੱਸੀਏ ਕਿ ਸਾਨੂੰ ਕਿਸ ਤਰ੍ਹਾਂ ਇਹ ਮਣ ਪੈ ਗਿਆ ਔਰ ਕਿਸ ਤਰ੍ਹਾਂ ਇਹ ਕਿਲੋ ਪੈ ਗਿਆ ਜਦਕਿ ਬਹੁਤ ਸਾਰੇ ਫਾਰਮਰ ਐਸੇ ਨੇ ਜਿਹੜੇ ਮਾਰਕੀਟ ਦੇ ਵਿੱਚੋਂ ਸੈਲਜ ਪਰਚੇਜ਼ ਕਰਦੇ ਨੇ ਜਿਸ ਟਾਈਮ ਸੈਲਜ ਮਾਰਕੀਟ ਦੇ ਵਿੱਚੋਂ ਪਰਚੇਜ਼ ਕਰਦੇ ਨੇ 14 ਤੋਂ 15 ਰੁਪਏ ਕਿਲੋ ਦਾ ਰੇਟ ਲੱਗਦਾ ਏ ਜਿਹੜਾ ਸੈਲਜ ਅਸੀਂ ਆਪ ਤਿਆਰ ਕਰ ਰਹੇ ਆ ਸਾਡਾ ਹੋ ਰਿਹਾ ਏ ਇਹ ਸੈਲਜ ਸਾਨੂੰ 7 ਰੁਪਏ ਕਿਲੋ ਪਏਗਾ ਟੋਟਲ ਹਰ ਕਾਸਟ ਇਹਦੀ ਕੱਢ ਕੇ ਅਸੀਂ ਇਹਨੂੰ ਇਸ ਤਰ੍ਹਾਂ ਕੋਣ ਕਰਦੇ ਆ ਕਿ ਅਗਰ ਤੁਸੀਂ ਜ਼ਮੀਨ ਠੇਕੇ ਤੇ ਲੈਂਦੇ ਹੋ ਇੱਕ ਏਕੜ ਦੇ ਵਿੱਚੋਂ ਤਿੰਨ ਦਫਾ ਸੈਲਜ ਮਕਈ ਦਾ ਤੁਸੀਂ इजीली ਲੈ ਸਕਦੇ ਹੋ ਤਿੰਨ ਦਫਾ ਤੁਸੀਂ ਅਗਰ ਲੈਂਦੇ ਹੋ ਤਾਂ 60000 ਰੁਪਏ ਜ਼ਮੀਨ ਦਾ ਇੱਕ ਏਕੜ ਦਾ ਠੇਕਾ ਹੋਵੇ ਤੇ 60000 ਤੁਸੀਂ ਤਿੰਨ ਫਸਲਾਂ ਤੇ ਡਿਵਾਈਡ ਕਰੋ 20000 ਰੁਪਏ ਠੇਕਾ ਬਣਦਾ ਹੈ 20000 ਰੁਪਏ ਠੇਕਾ 40000 ਰੁਪਏ ਦਾ ਜਿਹੜਾ ਹੈ ਮਕਈ ਦਾ ਟੋਟਲ ਖਾਦ ਪਾਣੀ ਦਾ ਖਰਚਾ ਹੈ ਉਸ ਤੋਂ ਬਾਅਦ 30000 ਰੁਪਏ ਦਾ ਵੜਾਈ ਕਤਰਾਈ ਜ਼ਮੀਨ ਦੇ ਉੱਤੇ ਇੱਥੇ ਬੈਂਕਰ ਦੇ ਉੱਤੇ ਲਿਆ ਕੇ ਲਪਾਈ ਹਰ ਚੀਜ਼ ਦਾ 30000 ਰੁਪਏ ਖਰਚਾ ਹੈ 60 ਤੋਂ 39000 ਰੁਪਏ ਦੇ ਵਿੱਚ ਸਾਨੂੰ 450 ਮਨ ਸੈਲ ਜਿਹੜਾ ਹੈ ਉਹ इजीली ਮਿਲ ਰਿਹਾ ਹੈ ਉਸ ਤੋਂ ਬਾਅਦ ਬਹੁਤ ਸਾਰੇ ਦੋਸਤ ਬਹੁਤ ਸਾਰੇ ਇਲਾਕਿਆਂ ਦੇ ਅੰਦਰ ਬੈਠੇ ਨੇ ਜਿਹੜੇ ਕਿਨੇ ਦੇ ਕੋਲ ਆਪਣੀ ਜ਼ਮੀਨ ਨੇ ਜਾਂ ਉੱਤੇ ਉੱਤੇ ਲੈ ਕੇ ਕਰਨਾ ਚਾਹੁੰਦੇ ਨੇ ਠੇਕੇ ਦੇ ਉੱਤੇ ਲੀਜ਼ ਤੇ ਲੈ ਕੇ ਉਹ ਕਰਨਾ ਚਾਹੁੰਦੇ ਨੇ ਫਾਰਮਿੰਗ ਕਿਉਂਕਿ ਫਾਰਮਿੰਗ ਦੇ ਵਿੱਚ ਸਭ ਤੋਂ ਮੇਨ ਪੁਆਇੰਟ ਤੁਹਾਡਾ ਹੈ ਚਾਰਾ ਜਿਸ ਟਾਈਮ ਤੁਹਾਡੇ ਕੋਲ ਚਾਰਾ ਸੇਵ ਹੋਏਗਾ ਤੁਸੀਂ ਜਾਨਵਰਾਂ ਦੀ ਕੁਆਂਟੀਟੀ ਤਦਾਦ ਉਸ ਟਾਈਮ ਤੁਸੀਂ ਤੈਅ ਕਰ ਸਕੋਗੇ ਕਿ ਅਸੀਂ ਕਿੰਨੇ ਜਾਨਵਰ ਕਿੰਨੀ ਤਦਾਦ ਦੇ ਅੰਦਰ ਪਾਉਣੇ ਨੇ ਸਾਡੇ ਕੋਲ ਇਤਨੀ ਦੇਰ ਦਾ ਇਤਨੇ ਜਾਨਵਰਾਂ ਦਾ ਸੈਲਜ਼ ਛੇਪ ਹੈ ਹੁਣ ਅਸੀਂ ਗੱਲ ਕਰਦੇ ਹਾਂ ਕਿ ਅਗਰ ਦੋਸਤ ਜਿਹੜੇ ਦੋਸਤ ਸੈਲਜ਼ ਬਣਾ ਕੇ ਫਿਰ ਫਾਰਮਿੰਗ ਸਟਾਰਟ ਕਰਦੇ ਨੇ ਉਹਨਾਂ ਨੂੰ ਜ਼ਾਹਰੀ ਜੀ ਗੱਲ ਤਿੰਨ ਤੋਂ ਚਾਰ ਪੰਜ ਮਹੀਨੇ ਦਾ ਟਾਈਮ ਪੀਰੀਅਡ ਚਾਹੀਦਾ ਹੈ ਬਹੁਤ ਸਾਰੇ ਦੋਸਤ ਬੈਰੂਨੀ ਦੇ ਮੁਲਕਾਂ ਤੇ ਬੈਠੇ ਨੇ ਫਾਰਮਿੰਗ ਕਰਨਾ ਚਾਹੁੰਦੇ ਨੇ ਲੇਕਿਨ ਉਹਨਾਂ ਦੇ ਕੋਲ ਆਪਸ਼ਨ ਨਹੀਂ ਹੈ ਸਾਨੂੰ ਜਿਹੜਾ ਇਹ ਸੈਲਜ ਆਪਣੇ ਘਰ ਸਾਨੂੰ ਇਹਦੀ ਵਡਾਈ ਕਤਰਾਈ ਹਰ ਚੀਜ਼ ਟੋਟਲ ਪਾ ਕੇ 7 ਰੁਪਏ ਕਿਜੀ ਪੈ ਰਿਹਾ ਹੈ 450 ਮਣ ਸੀ ਏਕੜ ਦਾ ਜਿਹੜਾ ਉਹ ਅਸੀਂ ਸੈਲਜ ਅਕਾਊਂਟ ਕਰਦੇ ਆ ਸਾਡਾ ਸੈਲਜ 500 ਤੋਂ ਉੱਪਰ ਵੀ ਹੋਇਆ ਹੈ 500 ਤੋਂ ਘੱਟ ਵੀ ਹੋਇਆ ਹੈ ਲੇਕਿਨ ਅਸੀਂ 450 ਮਣ ਏਕੜ ਦੀ ਜਿਹੜੀ ਹੈ ਪੈਦਾਵਾਰ ਅਸੀਂ ਅਕਾਊਂਟ ਕਰਦੇ ਆ 450 ਮਣ ਅਗਰ ਹੋਵੇ ਤਾਂ ਸਾਨੂੰ ਇਹ ਹਰ ਚੀਜ਼ ਕਾਸਟ ਪੂਰੀ ਟੋਟਲ ਪਾ ਕੇ 5 ਰੁਪਏ ਤੋਂ 70 ਰੁਪਏ ਤੋਂ ਕਿਲੋ ਉੱਤੇ ਸੈਲਜ ਨਹੀਂ ਪੈਂਦਾ ਹੈ ਮੋਟੀ ਜੀ ਇੱਕ ਤੁਹਾਨੂੰ ਕੈਲਕੂਲੇਸ਼ਨ ਦੱਸ ਰਹੀ ਆ ਮੈਂ ਅਗਲੇ ਦਿਨ ਵੀਡੀਓ ਵੀ ਬਣਾ ਕੇ ਅਪਲੋਡ ਕੀਤੀ ਸੀ ਮਜ਼ੀਦ ਇਹਦੇ ਬਾਰੇ ਵੀਡੀਓ ਵੀ ਅਪਲੋਡ ਕਰਾਂਗੇ ਜਿਹਦੇ ਵਿੱਚ ਬਹੁਤ ਸਾਰੇ ਦੋਸਤਾਂ ਨੇ ਫਾਰਮਰਾਂ ਨੇ ਜਾਂ ਅੱਗੇ ਪਿੱਛੇ ਬਰੂਨ ਨੇ ਮੁਲਕਤੇ ਨੇ ਇਨਵੈਸਟਮੈਂਟ ਦੇ ਹਵਾਲੇ ਨਾਲ ਸਾਨਾ ਗੱਲਾਂ ਕੀਤੀਆਂ ਨੇ ਕੁਰਬਾਨੀ ਤੋਂ ਪਹਿਲਾਂ ਅਸੀਂ ਇਹਦੇ ਬਾਰੇ ਡਿਸਕਸ ਕਰ ਰਹੇ ਸੀ ਕਿ ਅਸੀਂ ਇਹਦਾ ਕੀ ਇੱਕ ਤਰੀਕਾ ਕਰ ਇੱਕ ਪ ਉਹ ਤਰੀਕਾਕਾਰ ਪਲੈਨਿੰਗ ਹੁਣ ਬਣ ਗਈ ਹੈ ਕਿ ਸਾਡੇ ਕੋਲ ਪੱਠਾ ਮੌਜੂਦ ਹੈ ਜਗ੍ਹਾ ਮੌਜੂਦ ਹੈ ਲੇਬਰ ਮੌਜੂਦ ਹੈ ਹਰ ਸਹੂਲਤ ਸਾਡੇ ਕੋਲ ਮੌਜੂਦ ਹੈ ਹੁਣ ਦੋਸਤਾਂ ਨੂੰ ਆਫਰ ਦਿੱਤੀ ਜਾਂਦੀ ਹੈ ਕਿ ਜਿਹੜੇ ਦੋਸਤ ਸਾਡੇ ਨਾਲ ਇਨਵੈਸਟਮੈਂਟ ਕਰਨਾ ਚਾਹੁੰਦੇ ਨੇ ਉਹ ਸਾਡੇ ਨਾਲ ਇਨਵੈਸਟਮੈਂਟ ਕਰ ਸਕਦੇ ਨੇ ਇਨਵੈਸਟਮੈਂਟ ਦੇ ਵਿੱਚ ਅਸੀਂ ਦੋ ਤਰ੍ਹਾਂ ਦੀ ਫਾਰਮਿੰਗ ਕਰਾਂਗੇ ਇੱਕ ਜਿਹੜੇ ਦੋਸਤ ਲੌਂਗ ਟਾਈਮ ਸਾਡੇ ਨਾਲ ਚੱਲਣਾ ਚਾਹੁੰਦੇ ਨੇ ਯਾਨੀ ਕਿ ਇੱਕ ਸਾਲ ਤੋਂ ਬਾਅਦ ਪ੍ਰੋਫਿਟ ਸ਼ੇਅਰਿੰਗ ਕਰਨਾ ਚਾਹੁੰਦੇ ਨੇ ਉਹਨਾਂ ਵਾਸਤੇ ਫਰਸਟ ਆਪਸ਼ਨ ਹੈ ਕਿ ਕੁਰਬਾਨੀ ਦਾ ਕੰਮ ਉਸ ਤੋਂ ਬਾਅਦ ਦੂਸਰੇ ਉਹ ਦੋਸਤ ਹੈ ਨੇ ਜਿਹੜੇ ਮੀਟ ਦਾ ਕੰਮ ਕਰਨਾ ਚਾਹੁੰਦੇ ਨੇ ਉਹਦਾ ਟਾਈਮ ਪੀਰੀਅਡ ਹੋਏਗਾ ਤਿੰਨ ਤੋਂ ਚਾਰ ਮਹੀਨੇ ਚਾਰ ਮਹੀਨੇ ਬਾਅਦ ਪ੍ਰੋਫਿਟ ਸ਼ੇਅਰਿੰਗ ਕੀਤੀ ਜਾਏਗੀ ਤੀਸਰੀ ਫਾਰਮਿੰਗ ਇਹ ਆ ਕਿ ਡੇਰੀ ਫਾਰਮਿੰਗ ਬਹੁਤ ਸਾਰੇ ਦੋਸਤ ਬੇਰੂਨੇ ਮੁਲਕਾਂ ਦੇ ਅੰਦਰ ਬਹਿ ਕੇ ਜਿਨ੍ਹਾਂ ਦੇ ਕੋਲ ਥੋੜੀ-ਥੋੜੀ ਇਨਵੈਸਟਮੈਂਟ ਹੈ 10-15 20 ਲੱਖ ਉਹ 10-15 20 ਲੱਖ ਰੁਪਏ ਲਾ ਕੇ ਇਹ ਸੋਚਦੇ ਨੇ ਕਿ ਸਾਨੂੰ ਮਹੀਨੇ ਦਾ ਮੰਥਲੀ ਕੋਈ 50 ਹਜ਼ਾਰ ਲੱਖ 1.5 ਲੱਖ 2 ਲੱਖ ਰੁਪਏ ਆਮਦਨ ਹੋਵੇ ਉਸ ਤਰ੍ਹਾਂ ਦਾ ਕੋਈ ਸ਼ਡਿਊਲ ਬਣ ਜਾਵੇ ਬਹੁਤ ਸਾਰੇ ਦੋਸਤਾਂ ਨੇ ਸਵਾਲ ਕੀਤੇ ਸੀ ਕਿ ਇਸ ਤਰ੍ਹਾਂ ਦਾ ਕੋਈ ਫਾਰਮਿੰਗ ਜਾਂ ਇਸ ਤਰ੍ਹਾਂ ਦਾ ਕੋਈ ਪਲਾਨਿੰਗ ਹੋ ਸਕਦੀ ਹੈ ਜਿਹਦੇ ਵਿੱਚ ਸਾਨੂੰ ਮੰਥਲੀ ਪ੍ਰਾਫਿਟ ਸ਼ੇਅਰਿੰਗ ਸਾਡੇ ਨਾਲ ਕੀਤੀ ਜਾਵੇ ਉਦੇ ਵਾਸਤੇ ਅਸੀਂ ਇਸ ਪਹੁੰਚਿਆ ਕਿ ਜਿਹੜੀ ਡੇਰੀ ਫਾਰਮਿੰਗ ਹੈ ਉਹਦੇ ਵਿੱਚੋਂ ਤੁਹਾਨੂੰ ਮੰਥਲੀ ਜਿਹੜੀ ਹੈ ਉਹ ਪ੍ਰਾਫਿਟ ਸ਼ੇਅਰਿੰਗ ਹੋ ਸਕਦੀ ਆ ਉਹਦੇ ਬਾਰੇ ਮੁxtਲਫ ਰਾਵਾਂ ਨੇ ਲੋਕਾਂ ਦੀਆਂ ਮੁxtਲਫ ਲੋਕ ਜਿਹੜੇ ਨੇ ਉਹ ਮੁxtਲਫ رائے ਰੱਖਦੇ ਨੇ ਇਹਨਾਂ ਦੇ ਬਾਰੇ ਅਸੀਂ ਸੋਚ ਰਹੇ ਆਂ ਇਨਸ਼ਾਅੱਲਾ ਅਗਰ ਕੋਈ ਭਾਈ ਤਜਰਬਾਕਾਰ ਹੈ ਵੀਡੀਓ ਦੇਖ ਰਿਹਾ ਹੈ ਪੈਗਾਮ ਸੁਣ ਰਿਹਾ ਹੈ ਕਿ ਅਸੀਂ ਡੇਰੀ ਦਾ ਕੰਮ ਕਰਨਾ ਚਾਹੁੰਦੇ ਆਂ ਯਾਰ ਬਾਬੀ ਅੱਗੇ ਹੈ ਜਨਵਰਾਂ ਦਾ ਐਕਸਪੀਰੀਅੰਸ ਵੀ ਖਰੀਦ ਵੀ ਸਕਦੇ ਆ ਚਵਾਈ ਦੁੱਧ ਦਾ ਰੇਟ ਵੀ ਅੱਛੇ ਨੇ ਸਾਡੇ ਇਲਾਕੇ ਦੇ ਅੰਦਰ 130 ਰੁਪਏ ਤੋਂ ਲੈ ਕੇ 150 ਰੁਪਏ ਤੱਕ ਮਾਇਦਾ ਦੁੱਧ ਸੇਲ ਹੋ ਰਿਹਾ ਹੈ ਅਗਰ ਕੋਈ ਭਾਈ ਸਾਨੂੰ ਆਪਣੇ مشورے ਤੋਂ مفید مشورے ਤੋਂ ਗਾਈਡ ਕਰਨਾ ਚਾਹਵੇ ਉਹ ਵੀ ਗਾਈਡ ਕਰ ਸਕਦਾ ਬਹੁਤ ਸ਼ੁਕਰੀਆ ਉਹਦਾ ਉਸ ਤੋਂ ਬਾਅਦ ਅਗਰ دوست ਇਨਵੈਸਟਮੈਂਟ ਕੱਟਿਆਂ ਦੇ ਅੰਦਰ ਕਰਨਾ ਚਾਹਵੇ ਸਭ ਤੋਂ ਬਿਹਤਰੀਨ ਤੇ ਬੈਸਟ ਆਪਸ਼ਨ ਹੈ ਕਿ ਕੱਟੇ ਫਾਰਮਿੰਗ ਦਾ ਜਿਹੜਾ ਅੱਜਕੱਲ੍ਹ ਟ੍ਰੈਂਡ ਵੀ ਅੱਛਾ ਹੈ 4 ਮਹੀਨੇ ਦੀ ਫਾਰਮਿੰਗ ਤੋਂ ਬਾਅਦ ਉਹਨਾਂ ਦੋਸਤਾਂ ਨੂੰ ਇਨਵੈਸਟ ਦਾ ਆਪਣੀ ਦਾ ਪਤਾ ਲੱਗ ਜਾਂਦਾ ਕਿ ਅਸੀਂ ਕੀ ਖੋਇਆ ਕੀ ਪਾਇਆ ਜੇ ਅਗਰ ਇਹ ਦੋਸਤ ਕਟਿਆਂ ਦੇ ਵਿੱਚ ਫਾਰਮ ਕੱਟੇ ਫਾਰਮਿੰਗ ਦੇ ਵਿੱਚ ਇਨਵੈਸਟ ਕਰਨਾ ਚਾਹੁੰਦੇ ਨੇ ਤਾਂ ਵੀ ਇਸ WhatsApp ਨੰਬਰ ਜਿਹੜਾ ਸਕਰੀਨ ਦੇ ਉੱਪਰ ਮੇਰਾ ਚੱਲ ਰਿਹਾ ਮੈਸੇਜ ਕਰਨ ਬਹੁਤ سارے ਦੋਸਤ ਨੇ ਜਦੋਂ ਵੀਡੀਓ ਦੇਖਦੇ ਨੇ ਡਾਇਰੈਕਟ ਕਾਲ ਕਰਦੇ ਨੇ ਬਰਾਏ ਮਿਹਰਬਾਨੀ ਕਾਲ ਕਰਨ ਤੋਂ ਪਰੇਜ਼ ਕਰੋ WhatsApp ਮੈਸੇਜ ਕਰੋ ਇਨਸ਼ਾਅੱਲਾ ਜਿਸ ਦੋਸਤ ਦਾ ਮੈਸੇਜ ਆਏਗਾ ਉਹਨੂੰ ਜਵਾਬ ਦਿੱਤਾ ਜਾਏਗਾ ਉਸ ਤੋਂ ਬਾਅਦ ਇਦੇ ਹਵਾਲੇ ਨਾਲ ਇੱਕ ਇਹਦੀ ਮੁਕੰਮਲ ਫੀਜ਼ਿਬਿਲਟੀ ਰਿਪੋਰਟ ਬਣਾਵਾਂਗੇ ਬਣਾ ਕੇ ਇਹਦੇ ਮਤਲਕ ਇੱਕ ਪ੍ਰਾਪਰ ਜਿਹੜੀ ਵੀਡੀਓ ਅਸੀਂ ਇਨਵੈਸਟਮੈਂਟ ਦੇ ਹਵਾਲੇ ਨਾਲ ਦੱਸਾਂਗੇ ਦੋਸਤਾਂ ਨੂੰ ਕਿ ਕਿੰਨੇ ਦੋਸਤ ਸਾਡੇ ਨਾਲ ਪ੍ਰਾਫਿਟ ਜਿਹੜੀ ਹੈ ਕਮਾ ਚੁੱਕੇ ਨੇ ਔਰ ਇਨਵੈਸਟਮੈਂਟ ਕਰ ਰਹੇ ਨੇ ਔਰ ਕਰ ਚੁੱਕੇ ਨੇ ਉਹ ਵੀ ਇੱਕ ਮੁਕੰਮਲ ਅਸੀਂ ਦੱਸਾਂਗੇ ਉਹਨਾਂ ਦੋਸਤਾਂ ਦੀ ਵਿੱਚ ਵੀਡੀਓ ਵੀ ਹੋਏਗੀ ਤੇ ਉਹ ਵੀਡੀਓ ਦੇ ਜ਼ਰੀਏ ਦੱਸਾਂਗੇ ਉਸ ਤੋਂ ਬਾਅਦ ਇੱਕ ਸਭ ਤੋਂ ਅਹਿਮ ਤੇ ਜਿਹੜਾ ਜ਼ਰੂਰੀ ਉਹ ਪੁਆਇੰਟ ਇਹ ਹੈ ਕਿ ਲੋਕ ਆਪਣੀ ਸੇਵਿੰਗ ਦੇ ਹਵਾਲੇ ਨਾਲ ਗੱਲ ਕਰਦੇ ਨੇ ਜਿਹੜਾ ਦੋਸਤ ਆਪਣੀ ਇਨਵੈਸਟਮੈਂਟ ਦੀ ਸੇਵਿੰਗ ਜਿਸ ਤਰ੍ਹਾਂ ਦੀ ਚਾਹੇਗਾ ਉਹਨੂੰ ਉਸ ਤਰ੍ਹਾਂ ਦੀ ਸੇਵਿੰਗ ਦਵਾਂਗੇ ਇਨਸ਼ਾਅੱਲਾ ਤਾਲਾ ਸਾਡੇ ਕੋਲ ਆਵੇ ਆ ਕੇ ਫਾਰਮ ਤੇ ਵਿਜ਼ਿਟ ਕਰੇ ਦੇਖੇ ਅਗਰ ਉਹਨਾਂ ਕੰਮ ਸੈਟਅਪ ਅੱਛਾ ਲੱਗਦਾ ਸਾਡੇ ਨਾਲ ਇਨਵੈਸਟਮੈਂਟ ਕਰਨ ਤੇ ਰਾਜ਼ੀ ਹੈ ਤੇ ਉਹਨੂੰ ਵੈਲਕਮ ਮਜ਼ੀਦ ਅਗਲੀ ਵੀਡੀਓ ਦੇ ਵਿੱਚ ਸਾਰੇ ਇੱਕ ਫੀਜ਼ਿਬਿਲਟੀ ਰਿਪੋਰਟ ਬਣਾ ਕੇ ਇਨਸ਼ਾ ਅੱਲਾਹ ਤਾਲਾ ਭਰਾਵਾਂ ਤੱਕ ਪੈਗਾਮ ਪਹੁੰਚਾਵਾਂਗੇ ਉਸ ਤੋਂ ਬਾਅਦ ਰਿਕਵੈਸਟ ਇਹ ਹੈ ਦੋਸਤਾਂ ਦੇ ਕੋਲ ਕਿ ਜਿਨ੍ਹਾਂ ਨੇ ਹਲੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਅਗਰ ਵੀਡੀਓ ਅੱਛੀ ਲੱਗਦੀ ਹੁੰਦੀ ਵੀਡੀਓ ਨੂੰ ਆਪਣੇ ਯਾਰਾਂ ਦੋਸਤਾਂ ਨਾਲ ਲਾਈਕ ਸ਼ੇਅਰ ਲਾਜ਼ਮੀ ਕਰਿਆ ਕਰੋ ਮਿਲਾਂਗੇ ਅਗਲੀ ਵੀਡੀਓ ਦੇ ਵਿੱਚ ਸਭ ਦੋਸਤਾਂ ਭਰਾਵਾਂ ਨੂੰ ਮੇਰੀ ਤਰਫੋਂ ਅਸਲਾਮੁਅਲੈਕੁਮ